ਮੈਂ ਬੱਚਾ ਨਹੀਂ ਹੈਗਾ, ਮੈਂ 3 ਸਾਲ ਦਾ ਮੁੱਖ ਮੰਤਰੀ ਹਾਂ ਹੁਣ। ਐਲਓਪੀ ਸਾਹਿਬ ਸੁਣ ਲਿਓ, ਮੈਂ ਕੋਈ ਇਨਐਕਸਪੀਰੀਅੰਸ ਨਹੀਂ ਹੈਗਾ ਹੁਣ, ਮੈਂ ਐਕਸਪੀਰੀਅੰਸਡ ਹਾਂ। ਦੇਸ਼ ਦੇ ਟੌਪ 5 ਐਕਸਪੀਰੀਅੰਸ ਮੁੱਖ ਮੰਤਰੀਆਂ ਚ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦਾ ਨਾਮ ਆਉਂਦਾ। ਐਵੇਂ ਨਾ ਸਮਝਿਆ ਕਰੋ, ਤੂੰ ਚੱਲ ਤੂੰ ਕੀ ਹੋਇਆ, ਇਹ ਤੁਹਾਡੀਆਂ ਆਪਣੀਆਂ, ਇਹਦਾ ਮੈਂ ਕੁਛ ਨਹੀਂ ਕਰ ਸਕਦਾ, ਇਹਦਾ ਮੈਂ ਕੁਛ ਨਹੀਂ ਕਰ ਸਕਦਾ। ਜਿਹੜੇ ਨਹੀਂ ਬਣ ਸਕੇ ਮੈਂ ਕੀ ਕਰਾਂ ਜੀ ਉਹਨਾਂ ਦਾ, ਉਹ ਬਣ ਵੀ ਨਹੀਂ ਸਕਦੇ ਸਰ, ਪਜਾਮੀਆਂ ਹੀ ਰਹਿ ਜਾਣਗੀਆਂ ਬਸ। ਸੋ ਲੈਟ ਮੀ ਸਪੀਕ ਸਰ। ਹੋ ਸਕਦਾ ਉਹ ਚਿੱਠੀ ਤੁਹਾਡੀ, ਹੋ ਸਕਦਾ ਤੁਹਾਡੀ ਚਿੱਠੀ ਚ ਮਜ਼ਮੂਨ ਹੋਵੇ, ਹੋ ਸਕਦਾ ਤੁਹਾਡੀ ਚਿੱਠੀ ਚ ਮਜ਼ਮੂਨ ਹੋਵੇ ਕਿ NOC ਕਲੀਅਰ ਕਰੋ। ਸੋ ਲੈਟ ਮੀ ਸਪੀਕ, ਹੋ ਸਕਦਾ ਮਜ਼ਮੂਨ ਹੋਵੇ। ਤੁਹਾਡੀਆਂ ਚਿੱਠੀਆਂ ਕੈਪਟਨ ਅਮਰਿੰਦਰ ਤਾਂ ਪਾਉਂਦਾ ਰਿਹਾ ਡਸਟਬਿਨ ਚ, ਤੇ ਤੁਸੀਂ ਸਾਡੀ ਵਾਲੀਆਂ ਗਿਣਦੇ ਰਹਿੰਦੇ ਹੋ। ਤੁਸੀਂ ਕਿੰਨੀਆਂ ਲਿਖੀਆਂ ਕੈਪਟਨ ਨੂੰ ਕਿੰਨੀਆਂ ਲਿਖੀਆਂ ਪਹਿਲਾਂ? ਕੈਪਟਨ ਨੇ ਕੀ ਕਿਹਾ ਸੀਗਾ ਪਬਲਿਕ ਚ? ਕਿਹਾ ਸੀ ਕੈਪਟਨ ਨੇ ਕਿ ਬਾਜਵਾ ਮੈਨੂੰ ਚਿੱਠੀ ਲਿਖਦਾ ਰਹਿੰਦਾ, ਮੈਂ ਡਸਟਬਿਨ ਚ ਪਾ ਦਿੰਦਾ। ਹੱਦਾਂ ਯਾਰ, 17 ਤੁਹਾਨੂੰ ਲਿਖਦੇ, 18 ਮੈਨੂੰ ਲਿਖਦੇ, ਇਹੀ ਕੰਮ ਹੈ ਇਹਨਾਂ ਨੂੰ, ਹੋਰ ਕੋਈ ਕੰਮ ਹੀ ਹੈ ਨੀ ਇਹਨਾਂ ਨੂੰ। ਮਜ਼ਮੂਨ NOC ਵਾਲਾ ਵੀ ਹੋਵੇ, ਜਿਹੜੀਆਂ 18 ਮੈਨੂੰ ਲਿਖੀਆਂ 17 ਤੁਹਾਨੂੰ ਲਿਖੀਆਂ, ਇਹਨਾਂ ਦੀ ਪੜ੍ਹਦਾ ਕੌਣ ਹੈ ਇਹਨਾਂ ਦੀਆਂ? ਜੇ ਇਹਨਾਂ ਦੇ ਆਪਦੇ ਪ੍ਰਧਾਨ ਨੇ ਕਿਹਾ ਸੀ ਮੈਂ ਉਹਦੀਆਂ ਚਿੱਠੀਆਂ ਨੂੰ ਡਸਟਬਿਨ ਚ ਪਾ ਦਿੰਦਾ। ਤੜਕੇ ਉੱਠ ਕੇ ਅਖਬਾਰ ਪੜ੍ਹਦੇ ਆ ਸਰ, ਇਹ ਜਿਹੜੀ ਨੈਗੇਟਿਵ ਖਬਰ ਲੱਗੀ ਹੋਵੇ ਉਹਨੂੰ ਟੈਗ ਕਰਕੇ ਟਵੀਟ ਕਰ ਦਿੰਦੇ ਆ, ਭਗਵੰਤ ਮਾਨ ਨੂੰ ਗਾਲਾਂ। ਬਸ ਕੋਈ ਕੰਮ ਚੰਗਾ ਕਰਤਾ ਹੋਵੇ, ਨਾ ਇਹ ਕੰਮ ਚੰਗਾ ਥੋੜੀ, ਭਗਵੰਤ ਮਾਨ ਨੂੰ ਗਾਲਾਂ, ਬਸ ਹੋਰ ਕੋਈ ਕੰਮ ਨਹੀਂ। ਮੈਂ ਕਹਿੰਦਾ ਕਿ ਆਹ ਜਿਹੜਾ ਅੱਜ ਬਿੱਲ ਲੈ ਕੇ ਆਇਆ, ਕਿੰਨੇ ਲੋਕਾਂ ਦੇ ਪੈਸੇ ਜਨਾਬ ਜੀ, ਉਦੋਂ ਵੱਧ ਪੈਸੇ ਨਹੀਂ ਕਮਾ ਸਕਦੇ ਹੋ? ਆਪਦੀ ਜ਼ਿੰਦਗੀ ਜਿੰਨੀ ਕਮਾਈ ਸੀਗੀ ਉਹਨਾਂ ਨੇ ਲਾਤੀ, ਤੇ ਅਸੀਂ ਹੁਣ 31 ਜੁਲਾਈ ਵਾਲਾ ਫੈਸਲਾ ਕਿਉਂ ਲਿਆ? ਮੈਂ ਡਿਟੇਲ ਦੱਸਦਾ, ਮੈਂ ਲਿਆ ਫੈਸਲਾ 31 ਜੁਲਾਈ ਵਾਲਾ। ਅਫਸਰ ਬੈਠੇ ਨੇ, ਅਫਸਰ ਚੀਫ ਸੈਕਟਰੀ ਸਾਹਿਬ ਬੈਠੇ, BK ਸਿੰਘ ਬੈਠੇ, ਕੈਪ ਸੈਨਾ ਬੈਠੇ। ਮੈਂ ਕਿਹਾ ਕਬ ਕਰੇਂਗੇ ਇਹ ਕੰਮ? ਮੈਂ ਕਿਹਾ ਅਭੀ। ਮੈਂ ਕਿਹਾ ਫਿਰ ਜੇ ਆਪਾਂ ਅੱਜ ਕਰਤਾ ਅਨਾਊਂਸ, ਇਹਦਾ ਮਤਲਬ ਇਹ ਹੋਜੂਗਾ, ਇਹ ਗੱਲ ਹੈਗੀ ਹੈ ਸਰ ਕੋਈ 15 ਅਗਸਤ ਦੇ ਨੇੜੇ ਤੇੜੇ ਦੀ। ਮੈਂ ਕਿਹਾ ਜੀ ਆਪਾਂ ਅੱਜ ਅਨਾਊਂਸ ਕਰਤਾ ਕਿ 2 ਨਵੰਬਰ ਤੱਕ ਰਜਿਸਟਰੀਆਂ ਕਰਾ ਲਓ, ਜਾਂ ਜਿਨ੍ਹਾਂ ਦੀਆਂ ਬਿਆਨੇ ਦਿੱਤੇ ਹੋਏ ਨੇ ਜਾਂ ਜਿਹੜੇ ਰਹਿੰਦੇ ਨੇ 2 ਨਵੰਬਰ ਤੱਕ ਲੀਗਲ। ਇਹ ਨਾ ਹੋਵੇ ਕਿ ਅੱਜ ਤੋਂ ਬਾਅਦ 2 ਨਵੰਬਰ ਤੱਕ ਲੋਕ ਇਹ ਸਮਝ ਲੈਣ ਕਿ ਇਲੀਗਲ ਕਲੋਨੀਆਂ ਕੱਟਣ ਦਾ ਟਾਈਮ ਆ ਗਿਆ, 1.5 ਮਹੀਨੇ 'ਚ ਹੋਰ ਇਲੀਗਲ ਕਲੋਨੀਆਂ ਕੱਟ ਦਿਓ, 2 ਨਵੰਬਰ ਤੱਕ ਸਾਰਾ ਕੁਛ ਲੀਗਲ ਹੈ। ਮੈਂ ਕਿਹਾ ਵੀ ਕੰਮ ਕਰਦੇ ਹਾਂ, 10 ਦਿਨ ਪਹਿਲਾਂ 31 ਜੁਲਾਈ ਨੂੰ ਫਾਈਨਲ ਕਰਦੇ ਹਾਂ, 31 ਜੁਲਾਈ ਤੱਕ 10% ਬਿਆਨਾ ਬੈਂਕ ਦੇ ਦੁਆਰਾ ਦਿੱਤਾ ਹੋਇਆ, ਅਸਟਾਮ ਖਰੀਦਿਆ ਹੋਇਆ 31 ਜੁਲਾਈ ਤੋਂ ਪਹਿਲਾਂ ਦਾ। ਜੇ ਤਾਂ ਰਜਿਸਟਰੀ ਹੋ ਗਈ ਤਾਂ ਵੀ ਠੀਕ ਹੈ, ਨਹੀਂ ਹੋਈ ਤਾਂ 2 ਨਵੰਬਰ ਮੈਂ ਤਾਂ ਚੁਣਿਆ ਸਰ, 1 ਅਕਤੂਬਰ ਨੂੰ ਝੋਨਾ ਆ ਜਾਂਦਾ, 20 ਅਕਤੂਬਰ 25 ਅਕਤੂਬਰ ਤੱਕ ਆੜਤੀਆ ਪੈਸੇ ਦੇ ਦਿੰਦਾ। ਜੇ ਕਿਸੇ ਦੇ ਪੈਸੇ ਰਹਿ ਗਏ ਨਾ
ਉਹ 2 ਨਵੰਬਰ ਤੋਂ ਪਹਿਲਾਂ ਪਹਿਲਾਂ ਲੈ ਲੂਗਾ, ਆਪਦੀ ਰਜਿਸਟਰੀ ਕਰਾ ਲੇ, ਉਸ ਤੋਂ ਬਾਅਦ ਉਹਦੀ ਜ਼ਮੀਨ ਜਿਹੜੀ ਹੈ ਉਹਨੂੰ ਮੀਟਰ ਵੀ ਮਿਲੂਗਾ, ਉਹਨੂੰ ਸਾਰਾ ਕੁਝ ਲੀਗਲ ਹੋਊਗਾ, ਸਭ ਕੁਝ ਹੋਊਗਾ। ਪਰ 31 ਜੁਲਾਈ ਤੋਂ ਬਾਅਦ ਵਾਲਾ ਨਹੀਂ ਹੋਊਗਾ ਕੋਈ। ਉਹਦੇ ਵਾਸਤੇ ਅਸੀਂ ਕੀ ਕੀਤਾ ਸਰ, 31 ਜੁਲਾਈ ਤੋਂ ਬਾਅਦ ਨਾ ਹੋਵੇ, ਅਸੀਂ ਕੀ ਕੀਤਾ, ਕੱਲ ਰਿਕੋਰਡਿੰਗ ਕਰਤੀ, ਆਊਟ ਆਫ ਦਾ ਬਾਕਸ ਆਈਡੀਆ। ਭਗਵੰਤ ਮਾਨ 17.5 ਸਾਲ ਦਾ ਜਦੋਂ ਹੋਇਆ ਸੀਗਾ ਤਾਂ ਉਹਨੂੰ ਸਾਰੀ ਦੁਨੀਆ ਨੇ ਸਿਰਫ ਇੱਕ ਗੱਲ ਕਰਕੇ ਪਛਾਣ ਲਿਆ ਸੀ, ਯਾਰ ਇਹ ਬੰਦਾ ਗੱਲ ਕੀ ਕਰ ਰਿਹਾ, ਕਿਉਂਕਿ ਉਹਨੇ ਕਿਹਾ ਸੀ ਕੁਲਫੀ ਗਰਮਾ ਗਰਮ, ਕੁਲਫੀ ਠੰਡੀ ਠਾਰ ਨਹੀਂ ਸਰ, ਉਹਨੇ ਹੋਰ ਤਰੀਕੇ ਨਾਲ ਸੋਚਿਆ ਸੀ ਕੁਲਫੀ ਨੂੰ। ਮੈਂ ਵੀ ਕਹਿੰਦਾ ਆਊਟ ਆਫ ਦਾ ਬਾਕਸ ਆਈਡੀਆ ਸੋਚੋ, ਅਸੀਂ ਕੀਤਾ ਕਲਰ ਕੋਡਿੰਗ ਆਫ ਅਸਟਾਮ ਪੇਪਰਸ, ਕਲਰ ਕੋਡਿੰਗ। ਅੱਜ ਸਾਰੀ ਦੁਨੀਆ ਇਸ ਗੱਲ ਨੂੰ ਲਾਈਕ ਕਰ ਰਹੀ ਹੈ ਕਿ ਕਿਵੇਂ ਕੀਤਾ ਹੈ, ਮੈਨੂੰ ਕਈ ਸੂਬਿਆਂ ਦੇ ਮੁੱਖ ਮੰਤਰੀ ਪੁੱਛ ਰਹੇ ਨੇ ਸਰ ਇਹ ਕਿਵੇਂ ਕੀਤਾ। ਮੈਂ ਦੱਸਦਾ ਸਰ, ਜੇ ਕਿਸੇ ਵਪਾਰੀ ਨੇ ਪਹਿਲਾਂ ਆਉਣਾ ਹੁੰਦਾ ਸੀ ਇੱਥੇ ਪੰਜਾਬ 'ਚ, ਇਹਨਾਂ ਦੀ ਸਰਕਾਰ ਹੁੰਦੀ ਸੀ, ਤਾਂ ਉਹ ਰਾਜਪੁਰੇ ਕੋਲ 40 ਕਿੱਲੇ ਲੈ ਲੈਂਦਾ ਸੀ, ਚਲੋ 4 ਕਰੋੜ ਨੂੰ ਕਿੱਲਾ ਮਿਲ ਗਿਆ, 160 ਕਰੋੜ ਨੂੰ ਉਹਨੇ 40 ਕਿੱਲੇ ਲੈ ਲਏ। ਉਹ ਤੋਂ ਬਾਅਦ CLU ਕੋਲ ਜਾਂਦਾ ਸੀ, CLU ਕਹਿੰਦੇ ਐਂ ਕਿਵੇਂ, ਇੱਦਾਂ ਕਿਵੇਂ ਲਾ ਲੇਗਾ ਤੂੰ ਫੈਕਟਰੀ, 4-5 ਮਹੀਨੇ CLU ਨਹੀਂ ਮਿਲਦੀ ਸੀ ਸਰ। ਉਹ ਫਿਰ ਇੱਧਰੋਂ ਉੱਧਰੋਂ ਕੁਛ ਜੁਗਾੜ ਕਰਕੇ ਫਿਰ CLU ਲੈਂਦਾ ਸੀ, CLU ਮਿਲ ਜਾਂਦਾ ਸੀ ਤਾਂ ਫਿਰ ਉਹ ਸੋਚਦਾ ਸੀ ਹੁਣ ਫੈਕਟਰੀ ਲੱਗ ਜੂ। ਜਦੋਂ ਹੀ ਥੋੜ੍ਹਾ ਫੈਕਟਰੀ ਦੇ ਨੇੜੇ ਤੇੜੇ ਜਾਂਦਾ ਸੀ ਫੋਰੈਸਟ ਵਾਲੇ ਆ ਜਾਂਦੇ ਸੀ, ਐਂ ਕਿਵੇਂ ਇੱਧਰ ਕਿੱਧਰ ਫਿਰਦਾ ਸਾਡੇ ਕੋਲ, ਫੋਰੈਸਟ ਵਾਲਿਆਂ ਕੋਲ ਜਾਂਦਾ ਸੀ ਜੀ, 2 ਮਹੀਨੇ ਫੋਰੈਸਟ ਵਾਲੇ ਲਾਉਂਦੇ ਸੀ, ਫੋਰੈਸਟ ਤੋਂ ਕਲੀਅਰੈਂਸ ਮਿਲਦੀ ਸੀ, ਨਾਲ ਹੀ ਫਿਰ ਪੋਲਿਊਸ਼ਨ ਵਾਲੇ ਆ ਜਾਂਦੇ ਸੀਗੇ ਜੀ, ਐਂ ਕਿਵੇਂ ਇੱਧਰ ਕਿੱਧਰ ਸਾਡੇ ਨਾਲ ਗੱਲ ਕਰ, ਦੱਸ ਕਿੰਨੇ। ਲਗਭਗ 1.5 ਸਾਲ ਉਹਨੂੰ ਸਾਰੀਆਂ ਪਰਮਿਸ਼ਨਸ ਲੈਣ ਨੂੰ ਲੱਗ ਜਾਂਦਾ ਸੀ, ਉਹਦਾ 160 ਕਰੋੜ ਸਟੱਕ ਪਿਆ ਰਹਿੰਦਾ ਸੀ, ਕੋਈ ਇੱਕ ਇੱਟ ਵੀ ਨਹੀਂ ਲੱਗਦੀ ਸੀਗੀ ਫੈਕਟਰੀ ਨੂੰ। ਅਤੇ ਉਹ ਬੰਦਾ ਕਹਿੰਦਾ ਸੀ ਯਾਰ ਇਹਦੇ ਨਾਲ ਤਾਂ ਯਾਰ ਵੇਚ ਹੀ ਦਿੰਦੇ, ਜ਼ਮੀਨ ਹੀ ਵੇਚ ਦਿੰਦੇ, ਜ਼ਮੀਨ ਹੀ ਮਹਿੰਗੀ ਹੋ ਗਈ ਹੋਣੀ, ਨਹੀਂ ਤਾਂ ਚਲੋ ਵੇਚ ਹੀ ਚੱਲਦੇ ਹਾਂ ਯਾਰ, ਇੱਥੇ ਕਿੱਥੇ ਚੱਲਦੇ। ਅਸੀਂ ਕੀ ਕੀਤਾ ਸਰ, ਅੱਜ ਦੁਨੀਆ ਦੇ ਵਿੱਚ ਉਦਾਹਰਨ ਹੈ, ਮੈਂ ਦੱਸ ਦੇਣਾ ਅੱਜ ਮੁਕੱਦਸ ਹਾਊਸ 'ਚ ਸਰ ਅਸੀਂ ਕਲਰ ਕੋਡਿੰਗ ਕਰਤੀ ਸਟੈਂਪ ਪੇਪਰ ਦੀ। ਅੱਜ ਜੇ ਕਿਸੇ ਵਪਾਰੀ ਨੇ ਆਉਣਾ ਰਾਜਪੁਰੇ ਕੋਲ 40 ਕਿੱਲੇ ਲਵੇ ਨਾ, ਉਹ ਖਰੀਦੇ ਨਾ, ਹਾਂ ਖਰੀਦਦਾਰ ਨਾਲ ਗੱਲ ਕਰ ਲੈ ਵੇਚਣ ਵਾਲੇ ਨਾਲ ਕਿ ਇਹ ਮੈਂ ਵੇਚਣ ਲੱਗਿਆ ਮੈਨੂੰ ਕੋਈ ਪ੍ਰੋਬਲਮ ਨਹੀਂ, ਪਰ ਉਹ ਰਜਿਸਟਰੀ ਕਰਾਉਣ ਤੋਂ ਪਹਿਲਾਂ ਸਾਡੇ ਕੋਲ ਆਵੇ, ਇਨਵੈਸਟ ਪੰਜਾਬ ਦੇ ਪੋਰਟਲ 'ਤੇ ਆ ਜਾਵੇ ਜਾਂ ਇਨਵੈਸਟ ਪੰਜਾਬ ਦੇ ਦਫ਼ਤਰ 'ਚ ਆ ਜਾਵੇ, ਮੋਹਾਲੀ ਏਅਰਪੋਰਟ ਦੇ ਚੌਂਕ 'ਚ ਹੈ, ਸਾਨੂੰ ਦੱਸੇ। ਸਾਨੂੰ 14 ਦਿਨ ਚਾਹੀਦੇ ਨੇ ਸਰ, 2 ਹਫ਼ਤੇ। ਸਾਡੀ CLU ਦੀ ਟੀਮ ਜਾਊਗੀ ਉੱਥੇ, ਫੋਰੈਸਟ ਦੀ ਟੀਮ ਜਾਊਗੀ, ਪੋਲਿਊਸ਼ਨ ਦੀ ਟੀਮ ਜਾਊਗੀ, ਫਾਇਰ ਦੀ ਟੀਮ ਜਾਊਗੀ, 14 ਦਿਨਾਂ 'ਚ ਦੱਸ ਦੇਣਗੇ ਨਹੀਂ ਸਾਨੂੰ ਕੋਈ ਪ੍ਰੋਬਲਮ ਨਹੀਂ ਜੀ, ਤਾਂ 15ਵੇਂ ਦਿਨ ਉਹਨੂੰ ਕਹਾਂਗੇ ਓਕੇ ਜਿਹੜਾ ਤੇਰਾ ਸੈਲਰ ਜਿਹੜਾ ਜ਼ਮੀਨ ਵੇਚਣ ਵਾਲਾ ਉਹਨੂੰ ਲੈ ਕੇ ਆ, ਔਰ ਤਹਿਸੀਲਦਾਰ ਵੀ ਕਚਹਿਰੀਆਂ 'ਚ ਨਹੀਂ ਇਨਵੈਸਟ ਪੰਜਾਬ ਦੇ ਦਫ਼ਤਰ 'ਚ ਬਿਠਾਇਆ ਹੋਇਆ, ਲੈ ਕੇ ਆ। ਪਰ ਹਰੇ ਰੰਗ ਦਾ ਸਟੈਂਪ ਪੇਪਰ ਖਰੀਦਣਾ ਪਊਗਾ, ਉਹ ਥੋੜ੍ਹਾ ਜਿਹਾ ਮਹਿੰਗਾ ਹੋਊਗਾ, ਕਿਉਂਕਿ ਉਹ 'ਚ ਪੋਲਿਊਸ਼ਨ ਦੇ ਵੀ ਚਾਰਜਸ ਹੋਣਗੇ, ਉਹ 'ਚ ਫੋਰੈਸਟ ਦੇ ਵੀ ਹੋਣਗੇ,
ਉਹਦੇ ਵਿੱਚ CLU ਦੇ ਵੀ ਹੋਣਗੇ, ਉਹਦੇ ਵਿੱਚ ਸਾਰੇ ਚਾਰਜਸ ਹੋਣਗੇ। ਜਿੱਦੇ ਉਹ ਰਜਿਸਟਰੀ ਹੋ ਗਈ ਸਪੀਕਰ ਸਾਹਿਬ, ਅਗਲੇ ਦਿਨ ਉਹ ਆਪਣੀ ਭੂਮੀ ਪੂਜਨ ਕਰਾ ਕੇ ਆਪਣੀ ਫੈਕਟਰੀ ਦਾ ਉਦਘਾਟਨ ਕੰਮ ਕਰ ਸਕਦੇ। ਅਸੀਂ 24 ਘੰਟੇ ਵੀ, ਈਵਨ 24 ਘੰਟੇ ਵੀ ਅਸੀਂ ਵਪਾਰੀ ਦਾ ਪੈਸਾ ਸਟੱਕ ਨਹੀਂ ਰੱਖਣਾ ਚਾਹੁੰਦੇ। ਇਹ ਹੈਗਾ ਗ੍ਰੀਨ ਪੇਪਰ, ਜਿਹਦੇ 'ਚ 157 ਤੋਂ ਜ਼ਿਆਦਾ ਸਾਡੇ ਕੋਲ ਆ ਚੁੱਕੇ ਨੇ। ਦੂਜਾ ਹੈਗਾ ਰੈੱਡ ਪੇਪਰ ਸਰ, ਸਟੈਂਪ ਪੇਪਰ ਰੈੱਡ ਹੈ ਕਲੋਨੀਆਂ ਵਾਸਤੇ, ਜਿਹਦੀ ਆਪਣੀ ਡਿਬੇਟ ਚੱਲ ਰਹੀ ਹੈ। ਜੇ ਕਲੋਨੀ ਕੱਟਣੀ ਹੈ ਤਾਂ ਰੈੱਡ ਖਰੀਦਣਾ ਪਊਗਾ, ਔਰ ਪਹਿਲਾਂ ਦੱਸਣਾ ਪਊਗਾ ਕਿ ਇੱਥੇ ਕਲੋਨੀ ਕੱਟਣੀ ਹੈ। ਅਸੀਂ ਦੱਸਾਂਗੇ ਫਿਰ ਕਿ ਇੱਥੇ ਬਿਜਲੀ ਦਾ ਮੀਟਰ ਲੱਗ ਸਕਦਾ, ਇੱਥੇ ਕਲੋਨੀ ਬਣ ਸਕਦੀ ਹੈ, ਇੱਥੇ ਰਿਹਾਇਸ਼ੀ ਇਲਾਕਾ ਹੈ, ਇਹ ਇੱਥੇ ਸੀਵਰੇਜ ਪੈ ਸਕਦਾ, ਸਾਰਾ ਕੁਛ। ਫਿਰ ਅਸੀਂ ਉਹਨੂੰ ਕਹਾਂਗੇ ਆ ਜਾ ਰੈੱਡ ਖਰੀਦ, ਰੈੱਡ ਦੇ ਵਿੱਚ ਸਾਰਾ ਕੁਛ ਇਨਕਲੂਡਡ ਹੋਊਗਾ ਸਰ, ਬਿਜਲੀ, ਪਾਣੀ, ਸੀਵਰੇਜ, ਇਹ ਉੱਤੋਂ ਜਿਹੜਾ ਜੋ ਵੀ ਸਰਕਾਰੀ ਸੁਵਿਧਾ ਮਾ ਇੱਕ ਅਪਰੂਵਡ ਕਲੋਨੀ ਨੂੰ ਮਿਲਦੀਆਂ ਨੇ ਉਹ ਮਿਲੂਗਾ। ਕੱਲ੍ਹ ਨੂੰ 6 ਮਹੀਨਿਆਂ ਬਾਅਦ, 2 ਸਾਲਾਂ ਬਾਅਦ ਕੋਈ ਬਾਬੂ ਜਾਵੇ ਕਿਸੇ ਫੈਕਟਰੀ 'ਚ, ਹਾਂਜੀ ਕਾਗਜ਼ ਦਿਖਾ, ਉਹ ਕਾਗਜ਼ ਦਿਖਾਏ, ਜੇ ਗ੍ਰੀਨ ਹੈ ਨਾ ਸਟੈਂਪ ਪੇਪਰ ਤਾਂ ਬਾਬੂ ਸਮਝ ਜੂਗਾ ਆਲ ਇਜ਼ ਵੈਲ, ਸਾਰਾ ਕੁਛ ਪੇਡ ਹੈ। ਜੇ ਇਹ ਨਹੀਂ ਕਰ ਸਕਦਾ ਹੁਣ ਕੋਈ ਕਿ ਰੈੱਡ ਦੇ ਖਰੀਦ ਲਿਆ ਰੈੱਡ, ਰੈੱਡ ਸਟੈਂਪ ਪੇਪਰ ਖਰੀਦ ਕੇ ਕਲੋਨੀ ਕੱਟ ਲਈ ਪਰ ਪਲਾਟ ਨਹੀਂ ਵਿਕੇ 60%, ਜਿਵੇਂ ਅਮਨ ਕਹਿ ਰਿਹਾ ਸੀਗਾ ਕਿ 60% ਪਲਾਟ ਨਹੀਂ ਵਿਕੇ, ਬਾਕੀ 40% 'ਚ ਫੈਕਟਰੀ ਲਾ ਦਿਉ। ਨੋ 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 ਨੋ, ਜੇ ਉਹਨੇ ਇੱਦਾਂ ਕੀਤਾ ਜਦੋਂ ਕੋਈ ਅਸੀਂ ਚੈੱਕ ਕਰਾਂਗੇ ਤਾਂ ਕਹਾਂਗੇ ਕਿ ਤੂੰ ਫੈਕਟਰੀ ਜਿਹੜੀ ਹੈ ਉਹ ਗ੍ਰੀਨ 'ਚ ਲਾਈ ਬੈਠਾ ਹੈ, ਤੈਨੂੰ ਇਹਦੇ ਵਾਸਤੇ ਗ੍ਰੀਨ ਲੈਣਾ ਪੈਣਾ ਸੀ ਪਰ ਤੂੰ ਰੈੱਡ ਦਾ ਜਿਹੜਾ ਪਰਮਿਸ਼ਨ ਲਈ ਸੀ, ਤੂੰ ਇਸ ਕਲੋਨੀ ਦੇ ਵਿੱਚ ਫੈਕਟਰੀ ਨਹੀਂ ਲੈ ਸਕਦਾ। ਇਹਦੇ ਨਾਲ ਸਰ ਸਾਰਾ ਕੁਝ ਹੀ ਖਤਮ ਹੋ ਜਾਊਗਾ। ਇਲੀਗਲ ਕਲੋਨੀ, ਇਲੀਗਲ ਕਲੋਨੀਆਂ ਕਟਾਉਂਦਾ ਕੌਣ ਹੈ ਜਨਾਬ? ਸਾਰੀਆਂ ਤਾਂ ਵੱਡੇ ਵੱਡੇ ਇਹਨਾਂ ਦੇ ਨਾਮ ਨੇ, ਹੋਰ ਕੌਣ ਹੈ ਜੀ ਕਲੋਨਾਈਜ਼ਰ? ਕੌਣ ਹੈ? ਆਮ ਬਣ ਜੂਗਾ ਬੰਦਾ ਕੋਈ ਕਲੋਨਾਈਜ਼ਰ? ਬੰਦੇ ਕੋਲ 94% ਕੋਲ ਤਾਂ 4 ਕਿੱਲੇ ਜ਼ਮੀਨ ਹੈ ਸਰ, ਕੌਣ ਕੱਟੂਗਾ ਕਲੋਨੀਆਂ? ਕਲੋਨੀਆਂ ਕੱਟਦੇ ਆ ਜਿਹੜੇ ਤਲਵੇ ਚੱਟਦੇ ਹੈ, ਬਸ ਮੈਂ ਇੰਨਾ ਹੀ ਕਹੂੰਗਾ। ਸੋ ਇਸ ਕਰਕੇ ਇਹ ਨਾ ਕਰੋ ਕਿ ਹਾਂ, ਮੈਂ ਪੋਜ਼ਿਟਿਵ ਵੀ ਨੇ, ਬੜੀਆਂ ਸਾਫ਼ ਸੁਥਰੀਆਂ ਕਲੋਨੀਆਂ ਕੱਟੀਆਂ ਨੇ, ਮੈਂ ਉਹਨਾਂ 'ਚ ਮੈਂ ਨਾਮ ਲੈਣਾ ਚਾਹੁੰਦਾ। ਬੈਠੇ ਨੇ ਅਯਾਲੀ ਸਾਹਿਬ, ਤੁਹਾਡਾ ਜਿਹੜਾ ਸਾਊਥ ਸਿਟੀ ਹੈ, 1 ਰੁਪਈਏ ਦਾ ਵੀ ਘਪਲਾ ਨਹੀਂ ਹੈਗਾ ਉਹ 'ਚ। ਮੈਂ ਸਾਰਾ ਚੈੱਕ ਕਰਾ ਲਿਆ ਕਿ ਕੋਈ ਕਿਸੇ ਇੱਧਰਲੇ ਪਾਸਿਓਂ ਉੱਧਰਲੇ ਪਾਸਿਓਂ ਕੋਈ ਕਮੀ ਹੋਵੇ, ਨਾ ਕੋਈ ਕਮੀ ਨਹੀਂ। ਮੈਂ ਹਾਊਸ 'ਚ ਬੋਲਣਾ ਚਾਹੁੰਦਾ, ਤੁਸੀਂ ਪੱਕੇ ਦਾ ਕੰਮ ਕਰਦੇ ਹੋ, ਸਾਰਾ ਪੱਕੇ 'ਚ ਚੱਲਦਾ। ਹੁਣ ਜੇ ਇੱਧਰਲੇ ਪਾਸੇ ਦੇਖੀਏ ਤਾਂ ਹੈ ਨਹੀਂ ਨਾ, ਠੀਕ ਕੀ ਕਰੀਏ? ਸੋ ਇਸ ਕਰਕੇ ਕਹਿਣਾ ਕਿ ਫਰਕ ਹੈ, ਬਹੁਤ ਫਰਕ ਹੈ ਜ਼ਮਾਨੇ ਮੇਂ ਔਰ ਨਿਭਾਨੇ ਮੇਂ, ਫਰਕ ਹੈ ਗੱਲ। ਚਲੋ ਸ਼ੁਕਰ ਹੈ ਤੇਰਾ ਤਰਕ ਹੈ ਗੱਲ ਤਾਂ ਚੱਲਦਾ ਸਰ, ਕੋਈ ਗੱਲ ਨਹੀਂ। ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਇਹ ਜਿਹੜਾ ਬਿੱਲ ਹੈ ਨਾ, ਇਹਦਾ ਨਾਮ ਹੈ NOC। ਹਾਂ, ਬਿੱਲ ਦਾ ਨਾਮ ਹੈ ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਸੋਧ ਬਿੱਲ 2024।
ਸਰ ਜਦੋਂ ਇਹ ਤੁਸੀਂ ਹੁਣੀ ਪਾਸ ਕਰਵਾਓਗੇ, ਜਦੋਂ ਇਹ ਪਾਸ ਹੋ ਗਿਆ ਨਾ, ਕਰੋੜਾਂ ਲੋਕਾਂ ਦੀਆਂ ਦੁਆਵਾਂ ਤੁਹਾਨੂੰ ਲੱਗਣਗੀਆਂ, ਕਿਉਂਕਿ ਉਹਨਾਂ ਨੇ ਸਰ ਆਪਣੇ ਪੈਸੇ ਜ਼ਿੰਦਗੀ ਦੇ ਜਿੰਨੇ ਕਮਾਏ ਸੀਗੇ ਉਹ ਉੱਥੇ ਲਾ ਬੈਠੇ, ਭੋਲੇਪਣ 'ਚ ਲਾ ਬੈਠੇ, ਜਾਂ ਤਾਂ ਭੋਲੇਪਣ 'ਚ ਲਾ ਬੈਠੇ ਜਾਂ ਫਿਰ ਕਿਵੇਂ ਵੀ ਕਿਸੇ ਦੋਸਤ ਮਿੱਤਰ ਦੇ ਕਹਿਣ 'ਤੇ ਲਾ ਬੈਠੇ, ਕਿਸੇ ਕਈ ਵਾਰੀ ਆਪਣੇ ਰਿਸ਼ਤੇਦਾਰੀਆਂ ਦੇ ਕਹਿਣ 'ਤੇ ਲਾ ਦਿੰਦੇ ਹਾਂ, ਬਾਅਦ 'ਚ ਪਤਾ ਲੱਗਿਆ ਵੀ ਆ ਤਾਂ ਗੱਲ ਗਲਤ ਨਿਕਲ ਗਈ। ਸੋ ਸਰ ਕੋਈ ਗੱਲ ਨਹੀਂ, ਜੇ ਉਹਨਾਂ ਨਾਲ ਇੱਦਾਂ ਹੋ ਗਿਆ ਕੋਈ ਗੱਲ ਨਹੀਂ, ਪੰਜਾਬ 'ਚ ਇਹਨਾਂ ਗੱਲ ਬੜੇ ਮਾਣ ਅਤੇ ਸਤਿਕਾਰ ਨਾਲ ਕਹਿਣਾ ਸਰ ਕਿ ਪੰਜਾਬ ਦੇ ਵਿੱਚ ਕੋਈ ਵੀ ਘਰ ਐਸਾ ਨਹੀਂ ਹੋਊਗਾ ਜਿਹੜੇ ਘਰ 'ਚ ਬਿਜਲੀ ਦਾ ਮੀਟਰ ਨਾ ਹੋਵੇ, ਬਿਜਲੀ ਨਾ ਹੋਵੇ, ਉਸ ਘਰ 'ਚ ਸਰਕਾਰੀ ਸੀਵਰੇਜ ਜਾਂ ਫਿਰ ਉਸ ਘਰ ਨੂੰ ਕੋਈ ਸਰਕਾਰੀ ਸੁਵਿਧਾ ਨਾ ਹੋਵੇ, ਇੱਦਾਂ ਹੋ ਨਹੀਂ ਸਕਦਾ ਸਰ। ਛੋਟਾ ਜਿਹਾ ਪੰਜਾਬ ਹੈ ਸਰ, 3.5 ਕਰੋੜ ਬੰਦੇ ਹਾਂ, 3.5 ਕਰੋੜ ਬੰਦਿਆਂ ਨੂੰ ਸਾਂਭਲਾਂਗੇ। ਜੇ ਪਹਿਲੇ ਵਾਲਿਆਂ ਤੋਂ ਗਲਤੀਆਂ ਹੋ ਗਈਆਂ ਫਿਰ ਕੀ ਹੋ ਗਿਆ, ਹੋ ਗਈਆਂ ਹੋਣਗੀਆਂ, ਉਹਨਾਂ ਫਿਰ ਲੋਕਾਂ ਨੇ ਸਜ਼ਾ ਵੀ ਦਿੱਤੀ ਉਹਨਾਂ ਨੂੰ, ਫਿਰ ਲੋਕਾਂ ਨੇ 2 'ਤੇ ਕੋਈ 3 'ਤੇ ਕੋਈ 12 'ਤੇ, ਅੱਜ ਇਹ 10 ਹੀ ਨੇ ਮਤਲਬ ਇੱਥੇ ਗਿਣ ਲਓ 10 ਹੀ ਨੇ, ਹੈ ਨਾ, ਹੈ ਪੂਰੇ ਨਹੀਂ ਹੋ ਸਕਦੇ। ਸੋ ਇਹ ਲੋਕਾਂ ਨੇ ਸਜ਼ਾ ਦਿੱਤੀ ਹੈ, ਮੈਂ ਦਿੱਤੀ ਹੈ ਜੀ, ਮੇਰਾ ਨਾਂ ਕਿਉਂ ਲਾਈ ਜਾਂਦੇ ਜੀ, ਮੈਂ ਦਿੱਤੀ ਹੈ ਸਜ਼ਾ, ਇਹ ਲੋਕਾਂ ਨੇ ਦਿੱਤੀ ਹੈ। ਉਹ ਕੋਈ 3 ਸੀ, 1 ਰਹਿ ਗਿਆ, ਹੁਣ ਉਹ ਫਿਰਦੇ ਨੇ ਉੱਥੇ, ਉਹ ਗੱਲ ਹੋ ਗਈ, ਪਤਾ ਹੈ ਨਹੀਂ ਕਿ ਗਲਤੀਆਂ ਕੀ ਨੇ। ਪੱਤਰਕਾਰ ਪੁੱਛਦੇ ਕੀ ਕਰਨਾ ਹੈ, ਉਹ ਕਹਿੰਦੇ ਮਾਫ਼ੀ ਮੰਗਣਾ ਹੈ, ਕਾਹਦੀ, ਗਲਤੀਆਂ ਦੀ, ਕਿਹੜੀਆਂ ਪਤਾ ਨਹੀਂ, ਫਿਰ ਆਏ ਕੀ ਕਰਨ, ਮਾਫ਼ੀ ਮੰਗਣਾ ਹੈ, ਕਾਹਦੀ, ਗਲਤੀਆਂ ਦੀ ਜੀ। ਉਹ ਇੱਕ ਬੰਦੇ ਤੋਂ ਕਤਲ ਹੋ ਗਿਆ, ਉਹ ਬੰਦਾ ਪੁਲਿਸ ਨੂੰ ਕਹਿੰਦਾ, ਉਹ ਕਹਿੰਦੇ ਕੀ ਹੋ ਗਿਆ, ਕਹਿੰਦਾ ਮੈਂ ਕਤਲ ਹੋ ਗਿਆ, ਕਹਿੰਦਾ ਕਤਲ ਕਿਹਨੇ ਕੀਤਾ, ਕਹਿੰਦਾ ਮੈਂ ਕੀਤਾ, ਕਹਿੰਦਾ ਲਾਸ਼ ਕਿੱਥੇ ਹੈ, ਕਹਿੰਦਾ ਮੈਂ ਅੱਗ ਲਾ ਕੇ ਸਾੜਤੀ, ਕਹਿੰਦਾ ਜਿੱਥੇ ਸਾੜੀ ਸੀ ਜਗ੍ਹਾ ਦਿਖਾ, ਕਹਿੰਦਾ ਮੈਂ ਟਰੈਕਟਰ ਨਾਲ ਤਵੀਆਂ ਨਾਲ ਵਾਹਤੀ ਜਗ੍ਹਾ, ਕਹਿੰਦਾ ਚੱਲ ਵਾਹੀ ਹੋਈ ਜਗ੍ਹਾ ਦਿਖਾ, ਕਹਿੰਦਾ ਜੀ ਉੱਤੇ ਮੈਂ ਇੱਟਾਂ ਰੱਖਤੀਆਂ ਸੀ, ਕਹਿੰਦਾ ਚੱਲ ਇੱਟਾਂ ਦਿਖਾ, ਕਹਿੰਦਾ ਜੀ ਉਹਦੇ ਉੱਤੇ ਮੈਂ ਇੱਟਾਂ ਨਾਲ ਨਾ ਚੁਬਾਰਾ ਜਿਹਾ ਪਾਤਾ ਸੀ, ਛੱਤ ਪਾਤੀ ਸੀ, ਕਹਿੰਦਾ ਚੱਲ ਛੱਤ ਦਿਖਾ। ਉਹ ਕਹਿੰਦਾ ਜੀ ਪਿੱਛੇ ਜਿਹੜਾ ਭੁਚਾਲ ਆਇਆ ਸੀ ਉਹ 'ਚ ਛੱਤ ਢਹਿ ਗਈ ਸੀ। ਉਹ ਕਹਿੰਦਾ ਚੱਲ ਮਲਬਾ ਦਿਖਾ, ਕਹਿੰਦਾ ਮਲਬਾ ਗਵਾਂਢੀਆਂ ਨੂੰ ਵੇਚਤਾ ਸੀ ਸਰ। ਉਹ ਕਹਿੰਦਾ ਚੱਲ ਗਵਾਂਢੀ ਨੂੰ ਮਿਲਾ, ਕਹਿੰਦਾ ਜੀ ਉਹਦਾ ਕਤਲ ਹੋ ਗਿਆ ਸੀ, ਕਹਿੰਦਾ ਕਿਹਨੇ ਕੀਤਾ ਸੀ, ਕਹਿੰਦਾ ਮੈਂ ਕੀਤਾ ਸੀ। ਉਹ ਕਹਿੰਦਾ ਫੇਰ ਇੱਥੇ ਆ ਗਿਆ ਯਾਰ ਤੂੰ। ਸੋ ਉਹੀ ਹਾਲਤ ਇਹਨਾਂ ਦੀ ਹੈ ਜੀ, ਗਲਤੀਆਂ ਪਤਾ ਨਹੀਂ ਕੀ ਕੀ ਕਰ ਲਈਆਂ, ਮਾਫੀਆਂ ਮੰਗਣ ਤੁਰੇ ਫਿਰਦੇ ਨੇ। ਚਾਹੇ ਜਨਤਾ ਮਾਫ਼ ਕਰ ਦੂਗੀ ਜੀ, ਕਿਤੇ ਕੁਦਰਤੀ ਐਂ ਕਰਾ ਲਓਗੇ ਮਾਫੀਆਂ, ਇਹ ਨਹੀਂ ਮਾਫੀਆਂ, ਮਾਫੀਆਂ ਜਿਹੜੀਆਂ ਨੇ ਉਹ ਗਲਤੀਆਂ ਦੀਆਂ ਹੁੰਦੀਆਂ ਨੇ, ਮਾਫੀਆਂ ਗੁਨਾਹਾਂ ਦੀਆਂ ਨਹੀਂ ਹੁੰਦੀਆਂ। ਵੈਰੀ ਵੈਰੀ ਸੋਰੀ ਟੂ ਸੇ ਦੈਟ। ਸੋ ਇਸ ਕਰਕੇ ਪਰਮਾਤਮਾ ਹੈ ਉਹ ਤੋਂ ਡਰੀਏ, ਅਤੇ ਮੈਂ ਇਹੀ ਉਮੀਦ ਕਰਦਾ ਕਿ ਸਰ ਸਰਬਸੰਮਤੀ ਨਾਲ ਇਹ ਬਿੱਲ ਪਾਸ ਕਰੋ, ਕਰੋੜਾਂ ਲੋਕਾਂ ਦੇ ਦੁਆਵਾਂ ਲਓ ਸਰ।